ਉਹਨਾਂ ਦੀ ਜਿਹੜੀ ਸੋਚ ਹੈ ਨਾ ਪੰਜਾਬ ਪ੍ਰਤੀ, ਉਹ ਕਈ ਸਹੀ ਨਹੀਂ। ਸਾਡਾ ਮੀਟਰ ਲਵਾ ਦਿਓ, ਆਹ ਤਾਂ ਅਮਰੀਕਾ ਗਏ ਨੇ, ਇਹਨਾਂ ਨੇ ਕਿਹੜਾ ਵਾਪਸ ਆਉਣਾ। ਮਤਲਬ ਉਹਨਾਂ ਦੀ ਸਟੇਟ ਆਫ ਮਾਇੰਡ ਇਹੋ ਜਿਹਾ ਹੋ ਚੁੱਕਿਆ ਹੈ ਉਹਨਾਂ ਲੋਕਾਂ ਦਾ। ਹਿਮਾਚਲ ਦੇ ਵਿੱਚ ਅਸੀਂ ਜਾਂਦੇ ਹਾਂ ਬਿੰਗ ਅ ਟੂਰਿਸਟ, ਅਸੀਂ ਟੂਰਿਸਟ ਜਾ ਕੇ ਇੰਜੋਏ ਕਰਕੇ ਆ ਜਾਂਦੇ ਹਾਂ, ਬਟ ਆਪਾਂ ਉੱਥੇ ਦੀ ਧਰਤੀ ਨੂੰ ਖਰੀਦ ਨਹੀਂ ਸਕਦੇ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ। ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ, ਪੰਜਾਬੀਆਂ ਦੀ ਹੈ। ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਪੰਜਾਬ ਤੋਂ ਬਾਹਰ ਨਹੀਂ ਵਿਕਣੀ ਚਾਹੀਦੀ। ਪਿੱਛੇ ਜੇ ਸਾਡੇ ਪਿੰਡ ਲਾਗੇ ਵੀ ਪ੍ਰਵਾਸੀ ਬੈਠੇ ਹੋਏ ਸੀਗੇ, ਔਰ ਉਹਨਾਂ ਦੀ ਜਿਹੜੀ ਸੋਚ ਹੈ ਨਾ ਪੰਜਾਬ ਪ੍ਰਤੀ, ਉਹ ਕਈ ਸਹੀ ਨੀਗੀ। ਉਹਨਾਂ ਨੇ ਕੀ ਪਰਸਨਲੀ ਓਬਜ਼ਰਵ ਕਰੀ, ਮੈਂ ਪਰਸਨਲੀ ਓਬਜ਼ਰਵ ਕੀਤਾ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਡਮ ਜੀ ਸਾਨੂੰ ਇੱਥੇ ਦੀ ਆਹ ਜਗ੍ਹਾ ਦਵਾ ਦਿਓ, ਸਾਡਾ ਉਹਨਾਂ ਦਾ ਨਾ ਮੀਟਰ ਨਹੀਂ ਲਾ ਰਹੇ ਸੀਗੇ, ਅਤੇ ਸਾਡਾ ਮੀਟਰ ਲਵਾ ਦਿਓ, ਆਹ ਤਾਂ ਅਮਰੀਕਾ ਗਏ ਨੇ, ਇਹਨਾਂ ਨੇ ਕਿਹੜਾ ਵਾਪਸ ਆਉਣਾ। ਅੱਛਾ, ਮਤਲਬ ਉਹਨਾਂ ਦੀ ਸਟੇਟ ਆਫ ਮਾਇੰਡ ਇਹੋ ਜਿਹਾ ਹੋ ਚੁੱਕਿਆ ਹੈ ਉਹਨਾਂ ਲੋਕਾਂ ਦਾ। ਪੰਜਾਬੀ ਤਾਂ ਬਾਹਰ ਚਲੇ ਗਏ, ਹੁਣ ਇਹਨਾਂ ਨੇ ਮੁੜਨਾ। ਐਬਸੋਲਿਊਟਲੀ, ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਥੇ ਅਮਰੀਕਾ ਚਲੇ ਗਏ, ਇਹ ਕੈਨੇਡਾ ਚਲੇ ਗਏ, ਇਹਨਾਂ ਨੇ ਥੋੜ੍ਹਾ ਬਾਹਰ ਆਉਣਾ, ਸੋ ਤੁਸੀਂ ਸਾਡਾ ਇੱਥੇ ਮੀਟਰ ਲਵਾ ਦਿਓ, ਮਤਲਬ ਅਸੀਂ ਤਾਂ ਇੱਥੇ ਰਹਿ ਰਹੇ ਹਾਂ ਨਾ। ਜਿਹੜੀ ਇਹ ਸਟੇਟ ਆਫ ਮਾਇੰਡ ਹੈ ਨਾ, ਇਹ ਬਹੁਤ ਹੀ ਖਤਰਨਾਕ ਸਟੇਟ ਆਫ ਮਾਇੰਡ ਹੈ। ਦਿਮਾਗ ਦੀ ਘੰਟੀ ਖੜਕੀ ਉਸ ਵਕਤ। ਐਬਸੋਲਿਊਟਲੀ, ਮੈਨੂੰ ਇਹ ਲੱਗਾ ਵੀ ਇਹ ਗਲਤ ਹੈ, ਔਰ ਮੈਂ ਉਸ ਤੋਂ ਬਾਅਦ ਵੀ ਅਮਿਤੋਜ ਭਾਈ ਨੇ ਬਹੁਤ ਵਧੀਆ ਸਟੈਪ ਲਿੱਤਾ, ਬਹੁਤ ਵਧੀਆ ਬੋਲਿਆ ਔਰ ਧਰਨੇ 'ਤੇ ਰਹੇ ਆ। ਸੋਰੀ, ਮੈਂ ਉਹ ਧਰਨੇ 'ਤੇ ਨਹੀਂ ਪਹੁੰਚ ਸਕੀ, ਬਿਕੋਜ਼ ਮੈਂ ਸ਼ੂਟ ਦੇ ਵਿੱਚ ਸੀਗੀ ਕੰਟੀਨਿਊਸਲੀ, ਔਰ ਮੈਨੂੰ ਅੱਜ ਸੀਗਾ ਮੈਂ ਜਾਣਾ, ਪਰ ਉਸ ਤੋਂ ਪਹਿਲਾਂ ਧਰਨਾ ਖਤਮ ਹੋ ਗਿਆ ਸੀਗਾ। ਬਟ ਮੈਨੂੰ ਇਹ ਲੱਗਦਾ ਵੀ ਇਸ ਮੁੱਦਿਆਂ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ, ਇਹ ਮੁੱਦਾ ਇੰਪੋਰਟੈਂਟ ਹੈ। ਖਾਸ ਕਰਕੇ ਜਿਵੇਂ ਹਿਮਾਚਲ ਸਾਡੇ ਨਾਲ ਲੱਗਦੀ, ਹਿਮਾਚਲ ਸਟੇਟ ਹੈ, ਹਿਮਾਚਲ ਦੇ ਵਿੱਚ ਅਸੀਂ ਜਾਂਦੇ ਹਾਂ ਬੀਂਗ ਅ ਟੂਰਿਸਟ, ਅਸੀਂ ਟੂਰਿਸਟ ਜਾ ਕੇ ਇੰਜੋਏ ਕਰਕੇ ਆ ਜਾਂਦੇ ਹਾਂ, ਬਟ ਆਪਾਂ ਉੱਥੇ ਦੀ ਧਰਤੀ ਨੂੰ ਖਰੀਦ ਨਹੀਂ ਸਕਦੇ, ਉੱਥੋਂ ਦੀ ਜ਼ਮੀਨ ਨੂੰ ਖਰੀਦ ਨਹੀਂ ਸਕਦੇ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ। ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ, ਪੰਜਾਬੀਆਂ ਦੀ ਹੈ, ਠੀਕ ਹੈ। ਮੈਨੂੰ ਲੱਗਦਾ ਆਪਣੇ ਖੇਤਾਂ ਨੂੰ ਆਪਾਂ ਨੂੰ, ਮੈਂ ਪੰਜਾਬੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ, ਆਪਾਂ ਅੱਗੇ ਅੱਗੇ ਆਪਣੀਆਂ ਜ਼ਮੀਨਾਂ ਵੇਚੀ ਜਾ ਰਹੇ ਹਾਂ, ਠੀਕ ਹੈ। ਪੰਜਾਬ ਜਿਹੜਾ ਹੈ ਉਹ ਜ਼ਮੀਨਾਂ ਦੇ ਨਾਲ ਤੇ ਹੈ। ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂ ਕਿਹਾ ਜਾਂਦਾ ਸੀਗਾ? ਖੇਤੀ ਪ੍ਰਧਾਨ ਸੂਬਾ ਹੈ, ਐਗਰੀਕਲਚਰ ਪ੍ਰਧਾਨ ਸੂਬਾ ਹੈ। ਅਸੀਂ ਆਪਣੇ ਐਗਰੀਕਲਚਰ ਲੈਂਡ ਨੂੰ ਹੀ ਖਤਮ ਕਰੀ ਜਾ ਰਹੇ ਹਾਂ, ਅਸੀਂ ਕਲੋਨੀਆਂ ਕੱਟੀ ਜਾ ਰਹੇ ਹਾਂ, ਅਸੀਂ ਇੰਡਸਟਰੀਅਲਿਸਟ ਨੂੰ ਵੇਚੀ ਜਾ ਰਹੇ ਹਾਂ। ਜਿੱਥੋਂ ਹਾਈਵੇ ਨਿਕਲਦਾ ਜ਼ਮੀਨ ਮਹਿੰਗੀ ਹੋ ਜਾਂਦੀ ਹੈ, ਅਸੀਂ ਉਹ ਜ਼ਮੀਨ ਵੇਚ ਦਿੰਦੇ ਹਾਂ, ਚਾਰ ਕੁ ਦਿਨ ਅਸੀਂ ਉਹਦੀ ਫੋਰਚੂਨਰ ਲੈਂਦੇ ਹਾਂ ਜਾਂ ਕੁਛ ਹੋਰ ਖਰਚ ਦਿੰਦੇ ਹਾਂ। ਮੈਨੂੰ ਲੱਗਦਾ ਜਿਹੜਾ ਜੱਟ ਜ਼ਿੰਮੇਦਾਰ ਹੈ ਉਹਨੂੰ ਆਪਣੀ ਜ਼ਮੀਨ ਵੇਚ ਕੇ ਜ਼ਮੀਨ ਵੱਧ ਬਣਾਉਣੀ ਚਾਹੀਦੀ ਹੈ। ਸੁਨੀ ਜੀ, ਮੈਂ ਤੁਹਾਨੂੰ ਵਿੱਚ ਟੋਕਦਾ, ਜ਼ਮੀਨ ਨੂੰ ਤਾਂ ਖਾਸ ਕਰਕੇ ਆਪਣੇ ਪੰਜਾਬੀ ਇਸ ਖਿੱਤੇ ਨਾਲ ਜੁੜੇ ਹੋਏ ਲੋਕ ਮਾਂ ਦਾ ਦਰਜਾ ਦਿੰਦੇ ਨੇ। ਐਬਸੋਲਿਊਟਲੀ, ਮੈਂ ਉਹ ਜਿਹੜੀਆਂ ਸਾਡੇ ਵਿੱਚ ਸੱਭਿਅਤਾ ਸੀਗੀ, ਸਾਡੇ ਵਿੱਚ ਜਿਹੜਾ ਸਾਡਾ ਕਲਚਰ ਸੀਗਾ, ਅਸੀਂ ਮਿੱਟੀ ਨੂੰ ਮਾਂ ਕਹਿੰਦੇ ਸੀਗੇ। ਹੁਣ ਮੈਂ ਕਈ ਜਗ੍ਹਾ 'ਤੇ ਦੇਖਿਆ ਮਿੱਟੀ ਨੂੰ ਵੇਚੀ ਜਾ ਰਹੇ ਨੇ, ਮਿੱਟੀ ਮਹਿੰਗੀ ਹੋ ਗਈ ਔਰ ਮਿੱਟੀ ਵੇਚੀ ਜਾ ਰਹੇ ਨੇ। ਆਉਣ ਵਾਲੇ ਟਾਈਮ ਦੇ ਉੱਤੇ ਇਹੀ ਚੀਜ਼ਾਂ ਦਾ ਮੁੱਲ ਹੋਣਾ, ਹਵਾ, ਮਿੱਟੀ, ਪਾਣੀ, ਇਹ ਤਿੰਨ ਚੀਜ਼ਾਂ ਇੰਨੀਆਂ ਕੀਮਤੀ ਹੋਣਗੀਆਂ। ਇਹ ਜਿਹੜਾ ਅੱਜ ਅਸੀਂ ਪੈਸਾ ਖਰਚ ਕਰ ਰਹੇ ਹਾਂ ਸੋਨਾ ਲੈਣ 'ਚ, ਡਾਇਮੰਡ ਲੈਣ 'ਚ, ਇਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗੀ ਚੀਜ਼ ਹੋਣੀ ਹੈ ਮਿੱਟੀ, ਜਿਹੜੀ
ਆਰਗੈਨਿਕ ਮਿੱਟੀ ਨਹੀਂ ਲੱਭਣੀ ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇਹੋ ਜਿਹੇ ਫਰਟੀਲਾਈਜ਼ਰਸ ਇਹੋ ਜਿਹੀਆਂ ਚੀਜ਼ਾਂ ਨਹੀਂ ਯੂਜ਼ ਕੀਤੀਆਂ ਹੋਣਗੀਆਂ, ਉਹ ਨਹੀਂ ਲੱਭਣੀ, ਚੰਗੀ ਹਵਾ ਨਹੀਂ ਲੱਭਣੀ. ਲੋਕਡਾਊਨ 'ਚ ਦੇਖਿਆ ਸੀਗਾ ਤੁਸੀਂ, ਆਕਸੀਜਨ ਮਾਸਕ ਆ ਗਏ ਸੀਗੇ, ਆਕਸੀਜਨ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਸੀਗੀ. ਸੋ ਉਹ ਕਿੰਨੀ ਮਹਿੰਗੀ ਵਿਕੀ ਹੈ ਉਸ ਟਾਈਮ ਦੇ ਉੱਤੇ. ਪਾਣੀ ਨਹੀਂ ਲੱਭਣਾ ਚੰਗਾ, ਕਿਉਂਕਿ ਪਾਣੀ ਗੰਦਾ ਕਰੀ ਜਾ ਰਿਹਾ, ਗੰਦਲਾ ਕਰੀ ਜਾ ਰਿਹਾ. ਸੋ ਆਪਣੇ ਆਪਣੇ ਧਰਮ ਦੇ ਵਿੱਚ ਵੀ ਗੁਰੂਆਂ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਂ. ਐਬਸੋਲਿਊਟਲੀ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ. ਸੋ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ. ਔਰ ਆਪਣੇ ਪੰਜਾਬ ਦੇ ਜ਼ਿੰਮੀਦਾਰਾਂ ਨੂੰ ਆਪਣੀ ਜ਼ਮੀਨ ਨੂੰ ਮਾਂ ਨੂੰ ਸਾਂਭਣ ਦੀ ਲੋੜ ਹੈ, ਉਹਨੂੰ ਵੇਚਣ ਦੀ ਲੋੜ ਨਹੀਂ ਗੀ. ਜਿੱਥੇ ਕਿਤੇ ਕਿਸੇ ਦੀ ਹਾਈਵੇ 'ਚ ਵੀ ਆਉਂਦੀ ਹੈ ਉਹਨੂੰ ਵੇਚ ਜੇ ਆਉਂਦੀ ਹੈ ਪੈਸੇ ਚੰਗੇ ਮਿਲਦੇ, ਉਹ ਤੋਂ ਦੂਜੀ ਜਗ੍ਹਾ 'ਤੇ ਜਾ ਕੇ ਹੋਰ ਜ਼ਮੀਨ ਬਣਾ ਲਓ, ਬਟ ਉਹਨੂੰ ਵੇਚੋ ਨਾ. ਔਰ ਪੰਜਾਬ ਦੀ ਗਵਰਨਮੈਂਟ ਨੂੰ ਮੇਰੀ ਅਪੀਲ ਹੈ, ਸਰਦਾਰ ਭਗਵੰਤ ਸਿੰਘ ਮਾਨ ਨੂੰ, ਉਹਨਾਂ ਨੇ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਅਸੀਂ ਮੈਂ ਪੰਜਾਬੀਅਤ ਨੂੰ ਅੱਗੇ ਰੱਖਦਾ ਹਾਂ ਜਾਂ ਮੈਂ ਪੰਜਾਬੀਆਂ ਦੀ ਗੱਲ ਕਰਦਾ. ਸੋ ਉਸ ਅਕਾਲ ਪੁਰਖ ਨੇ ਉਹਨਾਂ ਨੂੰ ਉਹ ਗੱਦੀ ਨਵਾਜ਼ੀ ਹੈ, ਅਤੇ ਇਹ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਪੰਜਾਬ ਤੋਂ ਬਾਹਰ ਨਹੀਂ ਵਿਕਣੀ ਚਾਹੀਦੀ. ਪੰਜਾਬ ਦੀ ਜ਼ਮੀਨ ਪੰਜਾਬ ਤੋਂ ਬਾਹਰ ਦੇ ਲੋਕ ਨਾ ਖਰੀਦਣ, ਇੱਥੇ ਆ ਕੇ ਪੰਜਾਬ ਦੇ ਲੋਕ ਹੀ ਉਹਦਾ ਲਾਹਾ ਲੈਣ. ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਪੰਜਾਬ ਦੇ ਲੋਕਾਂ ਦੀ ਹੀ ਜ਼ਮੀਨ ਦੇ ਉੱਤੇ ਲਾਉਣ, ਉਹਨਾਂ ਨੂੰ ਪੈਸੇ ਆਉਣ, ਉਹਨਾਂ ਨੂੰ ਉਹਦੀ ਬਰਕਤ ਹੋਵੇ. ਔਰ ਜਿਹੜੇ ਆ ਆਧਾਰ ਕਾਰਡ ਅਤੇ ਵੋਟਰ ਕਾਰਡ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਬਣਨੇ ਚਾਹੀਦੇ, ਜਿਵੇਂ ਅਸੀਂ ਨਹੀਂ ਬਣਾਉਂਦੇ ਜਾ ਕੇ ਉਹਨਾਂ ਨੂੰ ਵੀ ਨਹੀਂ ਬਣਾਉਣਾ ਚਾਹੀਦਾ. ਹਾਂ, ਕੰਮ ਕਰਨ ਵਾਸਤੇ ਜੀ ਸਦਕੇ ਆਉਣ, ਕੰਮ ਕਰਨ. ਸਾਡੇ ਇੱਥੇ ਮੈਂ ਕਹਿੰਦੀ ਹਾਂ ਇੰਡਸਟਰੀਜ਼ ਹੋਣੀਆਂ ਚਾਹੀਦੀਆਂ ਨੇ, ਵੱਡੀਆਂ ਵੱਡੀਆਂ ਕੰਮ ਹੋਣਾ ਚਾਹੀਦਾ ਆ, ਕਾਰੋਬਾਰ ਵਧਣਾ ਚਾਹੀਦਾ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਟੇਟ ਦੇ.